ਡੇਰਾ ਬਾਬਾ ਨਾਨਕ ਦੇ ਨਜ਼ਦੀਕ ਪੈਂਦੇ ਪਿੰਡ ਪਕੋਖੇ ਟਹਿਲੀ ਸਾਹਿਬ ਦੇ ਨੌਜਵਾਨ ਰਾਜੂ ਮਸੀਹ ਦਾ ਬੇਰਹਿਮੀ ਦੇ ਨਾਲ ਕਤਲ ਕਰਨ ਦੀ ਖਬਰ ਮਿਲੀ ਹੈ। ਨੌਜਵਾਨ ਆਪਣੇ ਭਰਾ ਦੇ ਨਾਲ ਘਰ ਤੋਂ ਸਮਾਨ ਲੈਣ ਦੇ ਲਈ ਆਇਆ ਸੀ ਅਤੇ ਰਸਤੇ ਦੇ ਵਿੱਚ ਗੁਰਜੀਤ ਸਿੰਘ ਪਿੰਡ ਚੰਦੂ ਨੰਗਲ ਦੇ ਵਿਅਕਤੀ ਦੇ ਵੱਲੋਂ ਲੁੱਟ ਦੀ ਨੀਅਤ ਦੇ ਨਾਲ ਰਾਜੂ ਮਸੀਹ ਦਾ ਕਿਰਚਾ ਮਾਰ ਕੇ ਕਤਲ ਕਰ ਦਿੱਤਾ ਗਿਆ। ਜਦਕਿ ਉਸਦੇ ਭਰਾ ਦੇ ਵੱਲੋਂ ਉਸਨੂੰ ਬਚਾਉਣ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਉਸਨੂੰ ਵੀ ਕਿਰਚਾ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਇਲਾਜ ਦੌਰਾਨ ਰਾਜੂ ਮਸੀਹ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਖਿਲਾਫ਼ ਸਖ਼ਤ ਕਾਰਵਾਈ ਕਰਕੇ ਉਹਨਾਂ ਨੂੰ ਬਣਦਾ ਇਨਸਾਫ਼ ਦਿਵਾਇਆ ਜਾਵੇ। ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਗੁਰਦਾਸਪੁਰ ਤੋਂ ਲਵਪ੍ਰੀਤ ਖੁਸ਼ੀਪੁਰ ਦੀ ਰਿਪੋਰਟ। ਤੁਹਾਡਾ ਕੀ ਨਾਮ ਹੈ? ਮੇਰਾ ਪੋਲੀ ਜੀ। ਤੁਹਾਡਾ ਪੁੱਤਰ ਸੀ? ਹਾਂਜੀ, ਮੇਰਾ ਪੁੱਤਰ ਸੀ। ਮੈਂ ਬੋਕਰ ਪੋਚਾ ਕਰਨੇ ਆਈ, ਲੋਕਾਂ ਨੇ ਕਹਿਣਾ ਤਿੰਨਾ ਚੌਂਕ ਕਰਾਂ ਦਾ ਪੁੱਤ ਕੰਮ ਫੜਿਆ। ਮੈਂ ਕੰਮ ਕਰਦੀ, ਮੈਨੂੰ ਇਹਨੇ ਸੁਣਾ ਦਿੱਤਾ ਤੇਰਾ ਮੁੰਡਾ ਬੋਰ ਨੂੰ ਮਾਰਿਆ ਛੱਤੀ ਵਾਲਾ। ਉਸ ਸਾਲ ਦੇ ਵਿੱਚ ਮੈਂ ਆਈ, ਇਹਦੇ ਵੇਖਿਆ ਮੇਰਾ ਮੁੰਡਾ ਮਾਰ ਚੜਿਆ ਲੋਕਾਂ। ਕਿੰਨ ਮਾਰਿਆ? ਕਿੰਨਾ ਨੇ ਹੁਣ ਇਹਨਾਂ ਨੇ ਬੜਾ ਮੁੰਡੇ ਰਾਜ ਪੈ ਗਿਆ, ਮੁੰਡਿਆਂ ਨੇ ਮਾਰਤਾ ਜੇ। ਗੱਲ ਕੀ ਹੋਈ, ਕੋਈ ਪਤਾ ਲੱਗਾ ਨਹੀਂ? ਮੇਰੇ ਨੇ ਬਲਾ ਨਹੀਂ ਯਾਰ, ਝਗੜਾਈ ਕਰ ਬੈਠੇ ਜੇ ਵੀ ਝਗੜਾਈ ਹੋਇਆ। ਮੇਰੇ ਪੁੱਤ ਕੋ ਵੀ ਨਹੀਂ ਜਿਹੜਾ ਇਹਨੂੰ ਦੇ ਦਿੰਦੇ। ਅਸੀਂ ਗਰੀਬ ਜੇ ਮਿਹਨਤ ਕਰਨ ਵਾਲੇ ਜੇ ਮਿਹਨਤ ਕਰਕੇ ਹੀ ਖਾਂਦੇ। ਦਿਹਾੜੀਦਾਰ ਕਰਦੇ, ਬੱਚੇ ਮੇਰੇ ਦਿਹਾੜੀ ਕਰਦੇ ਨੇ, ਕੰਮ ਵਾਲਾ ਮੇਰਾ ਦਿਹਾੜੀ ਕਰਦਾ ਵਾ। ਅਸੀਂ ਅਸੀਂ ਰੋਟੀ ਪਾਣੀ ਇੱਦਾਂ ਹੀ ਆਪਣਾ ਚਲੋ ਨਹੀਂ ਲਾਉਂਦੇ ਨੇ, ਇੱਦਾਂ ਕਰਦੇ ਨੇ ਲੋਕਾਂ ਦਾ ਤੇਲ ਲੈਣ ਕਰਦਾ ਜਿੱਦਾਂ। ਅਸੀਂ ਨਹੀਂ ਜਿਹੜਾ ਮੈਂ ਨੌਕਰੀ ਵਾਲਾ ਨਹੀਂ ਸਾਡਾ ਹੈਗਾ, ਕੋਈ ਸਾਡੇ ਨਹੀਂ ਦਿਹਾੜੀਦਾਰ ਹੀ ਹੈਗੇ ਜੀ, ਮਿਹਨਤ ਕਰਦੇ। ਤੁਹਾਡਾ ਬੇਟਾ ਹੈ? ਹਾਂਜੀ। ਕੀ ਗੱਲ ਹੋਈ ਜੀ? ਮੈਂ ਤਾਂ ਮੈਨੂੰ ਪਤਾ ਕੋਈ ਨਹੀਂ ਕੀ ਪਤਾ, ਜੀ ਮੈਂ ਪੱਠੇ ਵੜਦਾ ਆਇਆ ਜੀ, ਪੱਠੇ ਵੜ ਕੇ ਸੁਣ ਕੇ ਸਭ ਮੈਂ ਜੁੜ ਗਿਆ। ਮੈਨੂੰ ਲਾਪੇ ਨੇ ਬੰਦੇ ਕਹਿੰਦੇ ਤੁਹਾਡੇ ਤੇਰੇ ਮੁੰਡੇ ਦੇ ਕਰਜਾ ਮਾਰ ਕੇ ਚੱਕ, ਮੈਂ ਪੱਠੇ ਸੁਣ ਕੇ ਥੱਪੜ ਸੁਣ ਕੇ ਭੱਜ ਆਇਆ ਜੀ। ਕੀ ਗੱਲ, ਕੋਈ ਪਤਾ ਲੱਗੇ ਕੀ ਹੋਈ ਆ? ਗੱਲ ਤਾਂ ਕੋਈ ਪਤਾ ਲੱਗਿਆ ਨਹੀਂ, ਪਤਾ ਲੱਗਿਆ ਮੈਨੂੰ ਲੱਗਦਾ, ਪਤਾ ਫਿਰ ਮੈਨੂੰ ਪਤਾ ਲੱਗਦਾ ਮੈਂ ਪਤਾ ਲੱਗਦਾ ਗੱਲ ਦਾ ਗੱਲ ਦਾ ਜੇ ਇਹਨੂੰ ਦੱਸਿਆ ਵੀ ਕਿਰਚਾ ਮਾਰ ਕੇ ਚੱਲਦੇ ਨੇ ਅਤੇ ਮੈਂ ਉੱਥੇ ਭੱਜ ਆਇਆ ਜੀ। ਅਤੇ ਕਿਰਚਾ ਮਾਰੀਆਂ ਕਿੰਨ? ਰਜੀਤ ਤੁਹਾਡੀ ਕੀ ਚਾਹੁੰਦੇ ਹੋ? ਅਸੀਂ ਚਾਹੁੰਦੇ ਹਾਂ ਮੈਨੂੰ ਫੜੋ, ਕਹਿੰਦੇ ਮੈਨੂੰ ਫੜੋ, ਫੜਨ ਇਹਨੂੰ ਪੁੱਛਿਆ ਕਹਿੰਦੇ ਤੈਨੂੰ ਕਿਹੜੇ ਬੰਦੇ ਮੈਨੂੰ ਮਾਰ ਦੇ, ਇਹਦੇ ਕੋਲ ਬਿਆਨ ਲੈਣੇ ਕਿਹੜੇ ਬੰਦੇ ਨੂੰ ਕਿਹਾ ਵਾ ਜਾ ਕੇ ਦੁੱਖ ਬਣਿਆ ਪਿੰਡ ਨੂੰ ਕਿਹਾ ਅਤੇ ਕੁਝ ਦੇਰ ਪੈਸੇ ਮੰਗਦੇ ਪੈਸੇ ਲਾ ਕੇ ਮੈਨੂੰ ਮਾਰ ਦਿਓ। ਇਹ ਬਿਆਨ ਫਿਰ ਦੱਸੇਗਾ ਹੁਣ ਫੜੇ ਜਾਏਗਾ, ਫੋਟੇ ਫੋਟੋ ਵੇਚ ਦੇ। ਪਹਿਲਾਂ ਵੀ ਕੋਈ ਰੰਜਿਸ਼? ਨਾ ਜੀ, ਨਾ ਸਾਡੇ ਕੋਲ ਕਦੀ ਆਇਆ ਨਹੀਂ, ਕਦੀ ਜਾ ਨਹੀਂ ਕਹਿ ਦਿੰਦੇ ਆਪਾਂ ਤੂੰ ਮੈਂ ਵੱਖਰੀ ਗੱਲ ਹੈ ਜੇ ਮੁੰਡਿਆਂ ਮੁੰਡਿਆਂ ਦੀ। ਠੀਕ ਹੈ। ਇਹ ਅੱਜ ਇੱਕ ਪੁਲਿਸ ਨੂੰ ਇਨਫੋਰਮੇਸ਼ਨ ਮਿਲੀ ਕਿ 11:15 11:30 ਵਜੇ ਇੱਕ ਪੱਖੋਕੇ ਟਾਹਲੀ ਸਾਹਿਬ ਦਾ ਆਦਮੀ ਹੈ ਰਾਜੂ ਮਸੀਹ, ਜਿਹਦੀ ਕਿ ਕਿਰਚ ਮਾਰ ਕੇ ਕਤਲ ਕਰ ਦਿੱਤਾ ਗਿਆ ਗੁਰਜੀਤ ਸਿੰਘ ਵੱਲੋਂ, ਅਤੇ ਉਸਦੇ ਸੰਬੰਧ ਦੇ ਵਿੱਚ ਤੁਰੰਤ ਟੀਮਾਂ ਬਣਾ ਕੇ ਉਹਨਾਂ ਦੇ ਘਰ 'ਤੇ ਰੇਡ ਕੀਤੀ ਜਾ ਰਹੀ ਅਤੇ ਐੱਫ ਆਈ ਆਰ ਉਹਨਾਂ ਦੇ ਕਰਾਰ ਦੇ ਬਿਆਨਾਂ 'ਤੇ ਐੱਫ ਆਈ ਆਰ ਦਰਜ ਕਰਕੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ। ਕਾਰਨ ਇਹਨਾਂ ਦਾ ਇੱਕੋ ਪਿੰਡ ਦੇ ਹੀ, ਉਹਨੂੰ ਕੋਈ ਪੈਸੇ ਦੀ ਇਹਦੇ ਕੋਲ ਡਿਮਾਂਡ ਕੀਤੀ ਹੈ, ਜਿਸ ਤੋਂ ਇਹਨਾਂ ਦਾ ਆਪਸ 'ਚ ਗਾਲੀ ਗਲੋਚ ਹੋ ਗਿਆ ਅਤੇ ਉਹ ਤੋਂ ਬਾਅਦ ਉਸ ਬੰਦੇ ਨੇ ਕਿਰਚਣਾ ਇਹ 'ਤੇ ਹਮਲਾ ਕਰ ਦਿੱਤਾ, ਜਿਹਦੇ ਨਾਲ ਇਹਦੀ ਡੈਥ ਹੋ ਗਈ, ਨਾਲ ਇਹਦੇ ਬ੍ਰਦਰ 'ਤੇ ਵੀ ਹਮਲਾ ਕਰਤਾ ਜਿਹੜਾ ਬਚਾਉਣ ਨੂੰ ਇਹਨੂੰ ਅੱਗੇ ਹੋਇਆ। ਉਹ ਪੱਖੋਕੇ ਟਾਹਲੀ ਸਾਹਿਬ ਦਾ ਆ ਪਿੰਡ ਦਾ, ਗੁਰਜੀਤ ਸਿੰਘ ਉਹਦਾ ਨਾਮ ਆ, ਜਿਹਦੇ 'ਤੇ ਪਰਚਾ ਦਰਜ ਕਰਕੇ ਅਤੇ ਉਹ ਰੇਡ ਕਰਕੇ ਉਹਨੂੰ ਗ੍ਰਿਫਤਾਰੀ ਲਈ ਟੀਮਾਂ ਬਣਾ ਦਿੱਤੀਆਂ ਗਈਆਂ। ਜਲਦ ਤੋਂ ਜਲਦ ਇਹਦੀ ਗ੍ਰਿਫਤਾਰੀ ਕੀਤੀ ਜਾ ਰਹੀ ਹੈ, ਵੱਖ ਵੱਖ ਟੀਮਾਂ ਬਣਾ ਕੇ
ਥਾਣੇ ਤੋਂ ਵੀ ਤੇ ਬਾਕੀ ਸਟਾਫ ਤੋਂ ਵੀ ਬਣਾ ਕੇ ਤੇ ਇਹਨਾਂ ਤੇ ਰੇਡ ਕੀਤੇ ਜਾ ਰਹੇ, ਛੇਤੀ ਕਾਮਯਾਬੀ ਮਿਲੂਗੀ। ਧੰਨਵਾਦ।